ਫਗਵਾੜਾ ਵਿਖੇ ਵੀਰਵਾਰ ਦੀ ਦੇਰ ਰਾਤ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਨਜ਼ਦੀਕੀ ਪਿੰਡ ਨੰਗਲਖੇੜਾ ਦੇ ਰਸਤੇ ਵਿੱਚ ਆਉਂਦੇ ਇੱਕ ਖੂਹ ਵਿੱਚ ਦੋ ਨੌਜਵਾਨ ਭੇਤ ਭਰੇ ਹਾਲਾਤਾਂ ਵਿੱਚ ਡਿੱਗ ਪਏ। ਖੂਹ ਵਿੱਚ ਡਿੱਗੇ ਨੌਜਵਾਨਾਂ ਦੀ ਪਹਿਚਾਣ ਪੰਕਜ ਕੁਮਾਰ ਪੁੱਤਰ ਸ਼ਾਮ ਵਾਸੀ ਪੀਪਾ ਰੰਗੀ ਅਤੇ ਨਿਤਿਸ਼ ਕੁਮਾਰ ਵਾਸੀ ਚਾਚੋਕੀ ਵਜੋਂ ਹੋਈ ਹੈ। ਉਕਤ ਨੌਜਵਾਨਾਂ ਦੇ ਖੂਹ ਵਿੱਚ ਡਿੱਗੇ ਜਾਣ ਦੀ ਸੂਚਨਾ ਮਿਲਦੇ ਸਾਰ ਹੀ ਜਿੱਥੇ SDM ਫਗਵਾੜਾ ਪਵਿੱਤਰ ਸਿੰਘ, DSP ਫਗਵਾੜਾ ਪਰਮਜੀਤ ਸਿੰਘ ਅਤੇ SHO ਥਾਣਾ ਸਿਟੀ ਓਂਕਾਰ ਸਿੰਘ ਬਰਾੜ ਤੋਂ ਇਲਾਵਾ ਤਹਿਸੀਲਦਾਰ ਨਵਦੀਪ ਸਿੰਘ ਵੀ ਮੌਕੇ ਤੇ ਪਹੁੰਚੇ। ਉੱਥੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਬੜੀ ਹਿੱਜਦੋ ਜਹਿਦ ਤੋਂ ਬਾਅਦ ਉਕਤ ਨੌਜਵਾਨਾਂ ਨੂੰ ਕਰੀਬ 70-75 ਫੁੱਟ ਡੂੰਘੇ ਖੂਹ ਵਿੱਚੋਂ ਬਾਹਰ ਕੱਢਿਆ ਅਤੇ ਜ਼ਖਮੀ ਹੋਏ ਨੌਜਵਾਨਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ। ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਉਕਤ ਨੌਜਵਾਨਾਂ ਦੇ ਖੂਹ ਵਿੱਚ ਡਿੱਗੇ ਜਾਣ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਤੁਰੰਤ ਹੀ ਮੌਕੇ ਤੇ ਪਹੁੰਚ ਕੇ ਬੜੀ ਹਿੱਜਦੋ ਜਹਿਦ ਤੋਂ ਬਾਅਦ ਨੌਜਵਾਨਾਂ ਨੂੰ ਬਾਹਰ ਕੱਢਿਆ। ਅੱਜ ਕੋਈ 7:05 'ਤੇ ਸਾਨੂੰ ਕਾਲ ਆਈ ਸੀਗੀ ਰੈਸਕਿਊ ਕਾਲ ਕਿ ਪਿੰਡ ਨੰਗਲਖੇੜਾ ਦੇ ਵਿੱਚ ਫਾਟਕਾਂ ਦੇ ਨਾਲ ਜਿਹੜੇ ਹੈਗੇ ਦੋ ਬੰਦੇ ਖੂਹ ਦੇ ਵਿੱਚ ਡਿੱਗਦੇ ਆ। ਤਾਂ ਫਾਇਰ ਬ੍ਰਿਗੇਡ ਫਗਵਾੜਾ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਆਪਣੇ ਫਾਇਰ ਟੈਂਡਰ ਅਤੇ ਸਮੇਤ ਕਰਿਊ ਸਮੇਤ ਜਿਹੜੇ ਰੈਸਕਿਊ ਸਾਡੇ ਕੋਲ ਔਜ਼ਾਰ ਹੁੰਦੇ ਆ ਜਿਹੜੇ ਰੱਸਾ ਵਗੈਰਾ ਉਹ ਲੈ ਕੇ ਅਸੀਂ ਇੱਥੇ ਪਹੁੰਚੇ ਅਤੇ ਉਹਨਾਂ ਦੋਨਾਂ ਬੰਦਿਆਂ ਨੂੰ ਅਸੀਂ ਬਾਹਰ ਕੱਢ ਲਿਆ। ਉਹ ਠੀਕ ਠਾਕ ਨੇ ਕਿ ਹਸਪਤਾਲ ਭੇਜਤੇ ਆ ਅੱਗੇ ਦੇਖੋ ਕੀ ਬਣਦਾ। ਇਹ ਹੁਣ 7 ਵਜੇ ਦਾ ਐਕਸ਼ਨ ਸੀਗਾ, ਲਗਭਗ 2 ਤੋਂ 2.5 ਘੰਟੇ ਸਾਨੂੰ ਲੱਗੇ ਹੈਗੇ ਆ। ਉੱਧਰ ਥਾਣਾ ਸਿਟੀ ਦੇ SHO ਓਂਕਾਰ ਸਿੰਘ ਬਰਾੜ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਕਤ ਨੌਜਵਾਨਾਂ ਨੂੰ ਪਹਿਲਾਂ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਵਿੱਚੋਂ ਇੱਕ ਨੂੰ ਢਾਹਾਂ ਕਲੇਰਾਂ ਅਤੇ ਦੂਸਰੇ ਨੂੰ ਜਲੰਧਰ ਵਿਖੇ ਰੈਫਰ ਕੀਤਾ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਉਕਤ ਨੌਜਵਾਨਾਂ ਦੇ ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਬਾਈਟ SHO ਸ਼ਾਮੀ 7 ਵਜੇ ਪਤਾ ਲੱਗਿਆ ਸੀਗਾ ਚਾਚੋ ਦੀ ਸਾਈਡ 'ਤੇ ਪ੍ਰਭਾਕਰ ਫੈਮਿਲੀ ਦਾ ਖੂਹ ਹੈਗਾ ਜੋ ਉੱਥੇ ਕੁਛ ਮੁੰਡੇ ਨਹਾਉਣ ਗਏ ਸੀਗੇ ਮੋਟਰ 'ਤੇ। ਉਹ ਮੋਟਰ ਦੇ ਨਾਲ ਇੱਕ ਖੂਹ ਸੀਗਾ, ਉਹ ਖੂਹ 'ਚ ਡਿੱਗ ਗਿਆ। ਉੱਥੇ 2 ਘੰਟੇ ਦੀ ਮੁਸ਼ਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਜਿਹੜੇ ਖੂਹ ਦੇ ਅੰਦਰ ਉੱਥੇ ਸ਼ਮੀਰ ਆ ਨਾਮ ਰੱਖਿਆ ਉਹ ਉਹਦੇ ਅੰਦਰ ਗਿਆ। ਖੂਹ ਦੇ ਸਾਨੂੰ ਪੁਲਿਸ ਪਾਰਟੀ ਮੰਨ ਲਓ DSP ਸਾਹਿਬ, SDM ਸਾਹਿਬ, ਤਹਿਸੀਲਦਾਰ ਸਾਹਿਬ ਸਾਰੇ ਉੱਥੇ ਆਏ, ਡਾਕਟਰਾਂ ਦੀ ਟੀਮ ਵੀ, ਐਂਬੂਲੈਂਸ ਆਈਆਂ ਅਤੇ ਦੋ ਜਿਹੜੇ ਵਿੱਚ ਖੂਹ 'ਚ ਡਿੱਗੇ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਉੱਥੋਂ ਅਤੇ ਦੋਨੋਂ ਸਿਵਲ ਹਸਪਤਾਲ ਐਡਮਿਟ ਹੋਏ, ਜੋ ਅੱਜ ਤੱਕ ਉਹਦੇ 'ਚੋਂ ਇੱਕ ਜਿਹੜਾ ਹੈ ਪੰਕਜ ਹੈ ਉਹ ਐਡਮਿਟ ਹੈਗਾ ਢਾਹਾਂ ਕਲੇਰਾਂ, ਅਤੇ ਜਿਹੜਾ ਦੂਸਰਾ ਹੈਗਾ ਨਿਤਿਸ਼ ਉਹ ਜਲੰਧਰ ਗਲੋਬਲ ਹੋਸਪਿਟਲ ਐਡਮਿਟ ਹੈ। ਜੋ ਜੋ ਸਟੇਟਮੈਂਟ ਦੇਣਗੇ ਉਸ ਦੀ ਕਾਰਵਾਈ ਕਰਦੇ। ਸਰ ਅਸੀਂ ਇਨੀਸ਼ੀਅਲ ਸਟੇਜ 'ਤੇ ਦੇਖਿਆ ਸੀ ਜਿਹੜੀ ਪੂਰੀ ਚਾਰਦੁਆਰੀ ਹੈ ਉਹ ਕਰੀਬ 4-5 ਫੁੱਟ ਚਾਰਦੁਆਰੀ ਜਿਹੜੀ ਉਹਨੇ ਸੋਲਡ ਕੀਤੀ ਹੋਈ ਹੈ, ਪਰ ਬੋਰ ਵਾਲੀ ਸਾਈਡ 'ਤੇ ਵੀ ਉਹਨੇ ਉਸ 'ਤੇ ਚਾਰਦੁਆਰੀ ਦੇ ਉੱਪਰ ਵੀ ਇੱਕ ਹੋਰ ਚਾਰਦੁਆਰੀ ਕੀਤੀ ਹੋਈ ਸੀਗੀ। ਅਤੇ ਜੋ ਉੱਥੇ ਸਰਕਮਸਟਾਂਸ ਇਹ ਸੀਗੇ ਵੀ ਉਹ ਜਿਹੜੀ ਖੂਹ ਵਾਲੀ ਸਾਈਡ ਤੋਂ ਨਿਕਲ ਕੇ ਜਾਂ ਉਹ ਪਾਣੀ 'ਚ ਸਲਿਪ ਕਰਕੇ ਉਹ ਦੀਵਾਰ 'ਚ ਡਿੱਗੀ, ਦੀਵਾਰ ਗਾਂ ਫਿਰ ਅੱਗੇ ਖੂਹ 'ਚ ਡਿੱਗੀ।